ਤੇ ਬ੍ਰੈਂਪਟਨ ਸ਼ਹਿਰ ਵਿੱਚ ਸਿਹਤ ਸਹੂਲਤਾਂ ਦੀ ਮਾੜੀ ਹਾਲਤ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ ਤੇ ਸਮੇਂ-ਸਮੇਂ ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਨਵੇਂ ਹਸਪਤਾਲ ਦੀ ਮੰਗ ਕੀਤੀ ਜਾਂਦੀ ਰਹੀ ਹੈ ਅਤੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ ਤੇ ਹੁਣ ਵੀ ਫੈਡਰਲ ਚੋਣਾਂ ਦੇ ਦਰਮਿਆਨ ਬ੍ਰੈਂਪਟਨ ਵਿੱਚ ਸਿਹਤ ਸਹੂਲਤਾਂ ਦਾ ਮੁੱਦਾ ਪੂਰੀ ਤਰ੍ਹਾਂ ਛਾਇਆ ਹੋਇਆ ਪ੍ਰਿੰਸੀਪਲ ਸੰਜੀਵ ਧਵਨ ਪਿਛਲੇ ਕਈ ਦਿਨਾਂ ਤੋਂ ਪੋਲੀਟੀਕਲ ਪਾਰਟੀਆਂ ਤੋਂ ਹਸਪਤਾਲ ਦੀ ਮੰਗ ਨੂੰ ਲੈ ਕੇ ਸਵਾਲ ਜਵਾਬ ਕਰ ਰਹੇ ਹਨ ਤੇ ਲੋਕਾਂ ਨੂੰ ਅਪੀਲ ਕਰਨ ਲਈ ਉਹਨਾਂ ਬ੍ਰੈਂਪਟਨ ਸਿਟੀ ਹਾਲ ਤੋਂ ਕੁਈਨਸ ਪਾਰਕ ਟੋਰਾਂਟੋ ਤੱਕ ਪੈਦਲ ਮਾਰਚ ਕੀਤਾ ਤੇ ਇਸ ਮੌਕੇ ਉਹਨਾਂ ਦੇ ਨਾਲ ਵਾਕ ਸ਼ੁਰੂ ਕਰਨ ਸਮੇਂ ਕੁਝ ਕੁ ਸਮਾਜ ਸੇਵੀ ਸ਼ਖਸੀਅਤਾਂ ਅਤੇ ਬ੍ਰੈਂਪਟਨ ਸੈਂਟਰ ਤੋਂ ਪੀਪੀਸੀ ਪਾਰਟੀ ਦੇ ਉਮੀਦਵਾਰ ਬਲਜੀਤ ਬਾਵਾ ਹਾਜ਼ਰ ਸਨ। ਕੜਾਕੇ ਦੀ ਠੰਡੀ ਹਵਾ ਵਿੱਚ ਪ੍ਰਿੰਸੀਪਲ ਸੰਜੀਵ ਧਵਨ ਆਪਣੇ ਪੁੱਤਰ ਨਾਲ 35 ਕਿਲੋਮੀਟਰ ਦਾ ਪੈਦਲ ਸਫ਼ਰ ਤੈਅ ਕਰਕੇ ਕੁਈਨਸ ਪਾਰਕ ਪਹੁੰਚੇ। ਇੱਥੇ ਹੀ ਉਹਨਾਂ ਦੇ ਨਾਲ ਡਾਕਟਰ ਸੁਖਦੇਵ ਸਿੰਘ ਚਾਨੇ ਡਿਕਸੀ ਗੁਰਦੁਆਰਾ ਸਾਹਿਬ ਤੱਕ ਅਤੇ ਸੁਖਦੇਵ ਸਿੱਧੂ ਨੇ 35 ਕਿਲੋਮੀਟਰ ਦੀ ਪੂਰੀ ਵਾਕ ਕੀਤੀ। ਵੈਲ ਮੈਂ ਕਹਿਣਾ ਚਾਹੁੰਦਾ ਕਿ ਸਿਟੀ ਆਫ ਬ੍ਰੈਂਪਟਨ ਨੂੰ ਉਹਦਾ ਬਣਦਾ ਹਿੱਸਾ ਮਿਲਣਾ ਚਾਹੀਦਾ। ਸਿਟੀ ਸ਼ੁੱਡ ਗੈਟ ਇਟਸ ਆ ਫੇਅਰ ਸ਼ੇਅਰ। ਔਰ ਅੱਜ ਅਸੀਂ ਜਾਣਾ ਹੈਗਾ ਅਸੈਂਬਲੀ ਹਾਲ ਤੱਕ, ਔਰ ਮਕਸਦ ਇਹ ਹੈ ਕਿ GTO ਦੇ ਲੋਕਾਂ ਨੂੰ ਇਹ ਦੱਸਣਾ ਕਿ ਬ੍ਰੈਂਪਟਨ ਨੂੰ ਉਹਦਾ ਬਣਦਾ ਸ਼ੇਅਰ ਮਿਲਣਾ ਚਾਹੀਦਾ, ਬ੍ਰੈਂਪਟਨ ਨੂੰ ਹੋਸਪਿਟਲ ਮਿਲਣਾ ਚਾਹੀਦਾ। ਅਸੀਂ ਵੇਖਦੇ ਹਾਂ ਕਿ ਜਦੋਂ ਅਸੀਂ ਹੋਸਪਿਟਲਸ ਜਾਂਦੇ ਹਾਂ ਉੱਥੇ ਬੁਰੀ ਹਾਲਤ ਹੈ। ਮੈਂ ਦੱਸਿਆ ਸੀ ਸਟੋਰੀ ਕਿ ਪਿਛਲੇ ਦਿਨ ਲੇਡੀ ਸੀ, ਉਹਨੂੰ ਉਹਦੀ ਆਪਣਾ ਡਿਲੀਵਰੀ ਡੇਟ ਸੀ ਉਸ ਦਿਨ, ਬਾਅਦ ਵਿੱਚ ਉਹਨੂੰ ਕਿਹਾ ਗਿਆ ਕਿ ਤੈਨੂੰ ਹਲੇ 5-6-7 ਘੰਟੇ ਵੇਟ ਕਰਨੀ ਪਊਗੀ ਅਤੇ ਤੂੰ ਘਰੇ ਚਲੇ ਜਾ। ਸੋ ਇਹ ਚੀਜ਼ ਜਿਹੜੀ ਹੈਗੀ ਆ ਬੜੀ ਖਤਰਨਾਕ ਹੈ। ਇਹ ਜ਼ਰੂਰਤ ਹੈ ਕਿ ਜੋ ਹੋਸਪਿਟਲ ਸਾਡੇ ਕੋਲ ਹੈਗਾ ਉਹਦੇ 'ਚ ਫੁੱਲ ਡਾਕਟਰਸ ਦੀ ਕਪੈਸਿਟੀ ਹੋਵੇ, ਫੁੱਲ ਬੈੱਡਸ ਦੀ ਕਪੈਸਿਟੀ ਹੋਵੇ। ਨਾਲ ਦੇ ਨਾਲ ਇੱਕ ਨਵਾਂ ਹੋਸਪਿਟਲ, ਜਿੰਨੀ ਪਾਪੂਲੇਸ਼ਨ ਬ੍ਰੈਂਪਟਨ ਦੀ ਵੱਧ ਚੁੱਕੀ ਹੈਗੀ ਹੈ, ਉਹਦੀ ਜ਼ਰੂਰਤ ਹੈ ਅਤੇ ਉਹਦੀ ਅਪਰੂਵਲ ਆਵੇ। ਸੋ ਇਹ ਬੇਸਿਕਲ ਚੀਜ਼ ਹੈ। ਔਰ ਅੱਜ ਅਸੀਂ ਜਾਵਾਂਗੇ, ਦੱਸਣਾ ਇਹ ਚਾਹੁੰਦੇ ਹਾਂ ਕਿ ਇਹ ਬ੍ਰੈਂਪਟਨ ਇਸ ਕਰਾਇੰਗ, ਇਸ ਏ ਕਰਾਈ ਫਾਰ ਹੈਲਪ। ਮੈਂ ਸਮਝਦਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦਾ, ਕਿਉਂਕਿ ਅਸੀਂ ਸਾਰੇ ਰੈਜ਼ੀਡੈਂਟ ਹਾਂ। ਅਸੀਂ ਸਮੇਂ ਸਿਰ ਸਰਕਾਰਾਂ ਨੂੰ ਇਸ ਗੱਲ ਦੇ ਉੱਤੇ ਉਨਾ ਜ਼ੋਰ ਨਹੀਂ ਪਾਇਆ, ਕਿਉਂਕਿ ਅਸੀਂ ਵੇਖਦੇ ਹਾਂ ਕਿ ਚਲੋ ਲੱਗੀ ਜੇ ਮੇਰੇ ਕਾਲ ਜੇ ਹੱਲੇ ਛੁਰੀ ਨਹੀਂ, ਇਹਨਾਂ ਸਮਝ ਕੇ ਸ਼ਹਿਰ ਦੀ ਹਾਲਤ ਬੁਰੀ ਨਹੀਂ ਕਿ ਜੇ ਮੈਨੂੰ ਤਕਲੀਫ ਨਹੀਂ ਹੋਈ ਹੋਸਪਿਟਲ 'ਚ ਤਾਂ ਇਹਦਾ ਮਤਲਬ ਸਭ ਕੁਝ ਠੀਕ ਹੈ। ਸੋ ਸਾਨੂੰ ਜ਼ੋਰ ਪਾਉਣਾ ਚਾਹੀਦਾ ਸੀ ਇਹਦੇ ਨਾਲ ਨਾਲ ਸਾਰੀਆਂ ਸਰਕਾਰਾਂ, ਚਾਹੇ ਉਹ ਆਪਣੀ ਸਿਟੀ ਲੈਵਲ ਦੀ ਸਰਕਾਰ ਹੈ, ਚਾਹੇ ਉਹ ਪ੍ਰੋਵਿੰਸ਼ਲ ਸਰਕਾਰ ਹੈ, ਚਾਹੇ ਉਹ ਫੈਡਰਲ ਸਰਕਾਰ ਹੈ, ਕਿਉਂਕਿ ਹੋਸਪਿਟਲ ਕਿਸੇ ਇੱਕ ਸਰਕਾਰ ਦੇ ਲੈਵਲ ਦੇ ਨਾਲ ਕੰਮ ਨਹੀਂ ਹੋਣਾ। ਫੈਡਰਲ ਗਵਰਨਮੈਂਟ ਤੋਂ ਫੰਡਿੰਗ ਚਾਹੀਦੀ ਹੈ, ਜਿਹੜੀ ਪ੍ਰੋਵਿੰਸ਼ਲ ਗਵਰਨਮੈਂਟ ਹੈ ਉਹ ਤੋਂ ਅਪਰੂਵਲ ਚਾਹੀਦੀ ਹੈ, ਅਤੇ ਜਿਹੜਾ ਇਨਫਰਾਸਟ੍ਰਕਚਰ ਮੰਨ ਲਓ ਜਗ੍ਹਾ ਦੇਣੀ ਹੈ, ਹੋਰ ਚੀਜ਼ਾਂ ਦੇਣੀਆਂ, ਉਹ ਸਿਟੀ ਨੇ ਦੇਣੀਆਂ। ਇਸ ਕਰਕੇ ਇਹ ਸਾਰੇ ਹੀ ਆਪਾਂ ਜ਼ਿੰਮੇਵਾਰ ਹਾਂ। ਔਰ ਜਿਹੜੇ ਅੱਜ ਦਾ ਅਸੀਂ ਇਹ ਵਾਕ ਮੈਂ ਕਰ ਰਹੇ ਹਾਂ, ਇਹ ਕਿਸੇ ਦੇ ਖਿਲਾਫ ਪ੍ਰੋਟੈਸਟ ਨਹੀਂ ਹੈ, ਇਹ ਇੱਕ ਬ੍ਰੈਂਪਟਨ ਦੇ ਲੋਕਾਂ ਦੇ ਬਿਹਾਫ ਦੇ ਉੱਤੇ, ਜਾਂ ਮੈਂ ਲੋਕਾਂ ਦੇ ਬਿਹਾਫ 'ਤੇ ਵੀ ਨਹੀਂ ਕਹੂੰਗਾ, ਮੈਂ ਆਪਣੇ ਬਿਹਾਫ 'ਤੇ ਕਹਾਂਗਾ ਕਿ ਇਹ ਕਰਾਈ ਫਾਰ ਹੈਲਪ ਆ। ਮੈਂ ਨਹੀਂ ਚਾਹੁੰਦਾ ਕਿ ਜਦੋਂ ਆਪਾਂ ਕਿਸੇ ਹੋਸਪਿਟਲ 'ਚ ਜਾਈਏ ਤੇ ਉੱਥੇ ਵੇਟ ਕਰਦੇ ਹਾਂ ਡਾਕਟਰ ਦੀ ਜਿਹੜੀ ਹੈਗੀ ਆ ਨਾ ਮਿਲਣ ਕਰਕੇ, ਅਸੀਂ ਜਿਹੜਾ ਹੈਗਾ ਉੱਥੇ ਬੈਠੇ ਰਹੀਏ, ਦੁਖੀ ਹੋਈਏ, ਜਾਂ ਸਾਨੂੰ ਕੁਛ ਹੋ ਜਾਏ। ਲੋੜ ਹੈ ਕਿ ਅੱਜ ਸਾਨੂੰ ਇਸ ਗੱਲ ਦੇ ਖਿਲਾਫ ਆਵਾਜ਼ ਚੁੱਕਣ ਦੀ ਲੋੜ ਹੈ, ਆਪਣਾ ਅਪੀਲ ਕਰਨ ਦੀ ਲੋੜ ਹੈ ਸਾਰੀਆਂ ਸਰਕਾਰਾਂ ਨੂੰ ਕਿ ਪਲੀਜ਼, ਇਹ ਕੋਈ ਪੋਲੀਟੀਕਲ ਮਾਮਲਾ ਨਹੀਂ, ਚਾਹੇ ਲਿਬਰਲ ਪਾਰਟੀ ਹੈ, ਚਾਹੇ NDP ਹੈ, ਚਾਹੇ ਕੰਜ਼ਰਵੇਟਿਵ ਪਾਰਟੀ ਹੈ, ਚਾਹੇ PPC ਹੈ, ਚਾਹੇ ਆਪਣਾ ਗ੍ਰੀਨ ਪਾਰਟੀ ਹੈ, ਜਾਂ ਕੋਈ ਹੋਰ ਇੰਡੀਵਿਜੁਅਲ ਹੈ, ਚਾਹੇ ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ, ਕੋਈ ਟੀਚਰ ਹੈ, ਕੋਈ ਆਪਣਾ ਮੀਡੀਆਕਾਰ ਹੈ, ਸਭ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਆਪਾਂ ਸਾਰੇ ਸਭ ਤੋਂ ਪਹਿਲਾਂ ਇਨਸਾਨ ਹਾਂ ਅਤੇ ਆਪਾਂ ਕਿਸੇ ਵੇਲੇ ਵੀ ਹੋਸਪਿਟਲ 'ਚ ਹੋ ਸਕਦੇ ਹਾਂ। ਇਸ ਕਰਕੇ ਇਸ ਗੱਲ ਦੇ ਲਈ ਆਪਾਂ ਇਹ ਨਾ ਸੋਚੀਏ ਕਿ ਮੇਰਾ ਰੋਲ ਆ ਵਾ ਅਤੇ ਉਹਦਾ ਰੋਲ ਆ, ਸਾਰਿਆਂ ਦਾ ਰੋਲ ਇਹ ਹੈ ਕਿ ਬ੍ਰੈਂਪਟਨ ਨੂੰ ਹੋਸਪਿਟਲ ਚਾਹੀਦਾ। ਜੀ ਧਵਨ ਜੀ ਨੇ, ਆਪਣੇ ਸੰਜੀਵ ਧਵਨ ਜੀ ਨੇ ਇੱਕ ਬੜਾ ਹੀ ਅੱਛਾ ਉਪਰਾਲਾ ਚੱਕਿਆ ਹੈਗਾ, ਜਿਹੜਾ ਕਿ ਬ੍ਰੈਂਪਟਨ ਨੂੰ ਬਹੁਤ ਦੇਰ ਦੀ ਲੋੜ ਸੀਗੀ। ਐਟਲੀਸਟ ਇੱਕ ਸਿਟੀਜ਼ਨ ਸਾਡੇ ਨਾਲ ਉੱਠ ਕੇ, ਸਾਡੇ ਪੋਲੀਟਿਕਸ ਤੋਂ ਉੱਤੇ ਉੱਠ ਕੇ, ਸੋਸ਼ਲ ਤੋਂ ਉੱਤੇ ਉੱਠ ਕੇ, ਕਲਚਰਲੀ ਉੱਤੋਂ ਉੱਠ ਕੇ, ਆਪਣੇ ਜਨਤਾ ਦੇ ਨਾਲ, ਜਨਤਾ ਦੀ ਆਵਾਜ਼ ਬਣ ਕੇ ਚੱਲਿਆ ਹੈ। ਇਹਦੇ ਨਾਲ ਸਿਰਫ ਬ੍ਰੈਂਪਟਨ ਨੂੰ ਹੀ ਨਹੀਂ, ਬ੍ਰੈਂਪਟਨ ਦੇ ਆਸ ਪਾਸ ਹਰ ਵਸਨੀਕ ਨੂੰ ਇਹਦਾ ਫਾਇਦਾ ਹੋਏਗਾ। ਜਿੱਦਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ, ਪੈਟ੍ਰਿਕ ਬਰਾਊਨ ਨੇ ਜਿਹੜੀ ਕਮੇਟੀ ਬਣਾਈ ਆ ਬ੍ਰੈਂਪਟਨ ਫੇਅਰ ਸ਼ੇਅਰ ਵਾਸਤੇ, ਇੱਕ ਬਹੁਤ ਅੱਛੀ ਗੱਲ ਸੀ ਬ੍ਰੈਂਪਟਨ ਵਾਸਤੇ। ਲੇਕਿਨ ਉਹ 10 ਮਹੀਨੇ ਹੋ ਗਏ ਉਸ ਕਮੇਟੀ ਨੂੰ, ਔਰ ਅੱਜ ਤੱਕ ਸਾਨੂੰ ਇਹ ਨਹੀਂ ਪਤਾ ਲੱਗਾ ਵੀ ਉਹਨਾਂ 'ਚ ਉਹਨਾਂ ਨੇ ਕਿਹੜੇ ਕਿਹੜੇ ਪ੍ਰੋਜੈਕਟ ਇਸ ਤਰ੍ਹਾਂ ਦੇ ਲਿੱਤੇ ਹੈਗੇ ਆ, ਜਾਂ ਕਿਹੜੇ ਪ੍ਰੋਜੈਕਟ ਉਹ ਬਣਾ ਰਹੇ ਆ ਜਿਹਦੇ ਵਾਸਤੇ ਉਹ ਬ੍ਰੈਂਪਟਨ ਦੀ ਗੱਲ ਕਰ ਰਹੇ ਆ। ਸੰਜੀਵ ਧਵਨ ਜੀ ਨੇ ਜਿਹੜਾ ਇੱਕ ਇਹ ਸ਼ੁਰੂ ਕੀਤੀ ਆ ਵਾਕ, ਬੜੀ ਲੰਬੀ ਵਾਕ ਹੈ, ਇਸ ਚੀਜ਼ ਦਾ ਮੈਂ ਉਹਨਾਂ ਨੂੰ ਕੋਂਗਰੈਚੁਲੇਸ਼ਨਸ ਕਰਦਾ ਹਾਂ। ਲੇਕਿਨ ਸਾਨੂੰ ਸਾਰਿਆਂ ਨੂੰ ਵੀ ਉੱਠ ਕੇ ਔਰ ਉਹਨਾਂ ਦੇ ਨਾਲ ਚੱਲ ਕੇ, ਮੋਢੇ ਦੇ ਨਾਲ ਮੋਢਾ ਜੋੜ ਕੇ ਇਸ ਉਪਰਾਲੇ ਦੇ ਵਿੱਚ ਉਹਨਾਂ ਦਾ ਸਾਥ ਦੇਣਾ ਚਾਹੀਦਾ ਆ। ਬ੍ਰੈਂਪਟਨ ਨੂੰ ਡੈਫੀਨੇਟਲੀ ਹੋਸਪਿਟਲ ਦੀ ਲੋੜ ਹੈ, ਜਿਹੜਾ ਸਾਡਾ ਆਲਰੇਡੀ ਐਗਜਿਸਟਿੰਗ ਹੋਸਪਿਟਲ ਆ, ਇਹਦੀਆਂ ਇਨਐਫੀਸ਼ੀਐਂਸੀਜ਼ ਨੂੰ ਵਧਾਉਣ ਦੀ, ਇਹਨਾਂ ਦੀ ਇਨਐਫੀਸ਼ੀਐਂਸੀਜ਼ ਨੂੰ ਕੰਟਰੋਲ ਕਰਨ ਦੀ, ਇਹਨਾਂ ਦੀਆਂ ਜਿਹੜੀਆਂ ਐਫੀਸ਼ੀਐਂਸੀਜ਼ ਆ ਉਹਨਾਂ ਦੇ ਉੱਤੇ ਧਿਆਨ ਕਰਨ ਦੀ। ਸਿਰਫ ਫੰਡਿੰਗ ਹੀ ਨਹੀਂ,
फंडिंग तो इलावा अकाउंटेबिलिटी की बहुत ज़्यादा लोड़ है। सानू पता है कि साड़ी प्रोविंशियल सरकार इस काम चो बहुत पिछे है। ये नहीं है कि उन्होंने पैसे नहीं आ रहे, ये नहीं है कि उन्होंने को प्रोजेक्ट नहीं है, सिर्फ सानू लोड़ है एक अच्छे रिप्रजेंटेशन की। रिप्रजेंटेशन जिहड़ा कि साढ़े संजीव धवन जी वर्गे होण, जिहड़े साढ़े पोलीटिकल रिप्रजेंटेशन है वह साढ़े नाल चले, उन्हों का पूरा साथ की लोड़ है। पैट्रिक ब्राउन नू सानू इस चीज़ के नाल लैके चलना चाहिए है कि पूरी ब्रैम्पटन नू जिस भी जगह पर, चाहे वह इंफ्रास्ट्रक्चर की होवे, हॉस्पिटल की होवे, अफोर्डेबिलिटी की होवे, ट्रांजिट की होवे, इन्हां सारे दे प्रोजेक्ट्स पब्लिक नू ओपनली दसने चाहिए है भी असी की कर रहे हैं। और असी, मैं बलजीत बावा, मेरी सारी वॉलंटियर टीम, मेरा सारा ऑफिस, मेरे सारे जिन्हें भी आस पास के सपोर्टर ने, संजीव धवन जी के नाल ने, इन्हां दे नाल चलणगे आखिरी दम तक। असी इस लड़ाई दे विच इन्हां दे नाल हैगे हैं भी ब्रैम्पटन नू हॉस्पिटल चाहिए है और हॉस्पिटल सानू मिल के रहेगा। घाटे को खत्म करने से फंडिंग संबंधी होरना चुनौतियों को ध्यान में रखते हुए ओंटेरियो सरकार प्रोविंस भर में निक्के ते दरमियाने आकार वाले हस्पतालों को वधेरे फंड मुहैया करवा रही है। सेहत मंत्री क्रिस्टीन एलियट का कहना है कि इस साल 90 हस्पतालों की मदद करने प्रोविंस 68 मिलियन डॉलर खर्च करेगी। उन्होंने आख्या कि प्रोविंस के मौजूदा फंडिंग फॉर्मूले कारण निक्कियां फैसिलिटीज़ को काफ़ी नुकसान होया। इस मुद्दे को हल करने का सरकार वालों चुकया गया पहला कदम है। इस फंडिंग नाल छठ निक्के हस्पतालों को फंडिंग में 1% वाधा होगा तो बाकी 23 दरमियाने आकार वाले हस्पतालों को 1.5% वाधा मिलेगा। जिक्र योग है कि अपने बजट में सरकार ने यह ऐलान किया कि वह इस साल हस्पताल बजट लिए 384 मिलियन डॉलर वधेरे खर्च करेंगे।